ਮੀਡੀਆ ਇਨਫੋ ਡਾਕਟਰ ਸਿਮਰਨ ਸਿੱਧੂ ਯੂਟਿਊਬ ਚੈਨਲ ਤੇ ਮੈਂ ਡਾਕਟਰ ਸਿਮਰਨ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਹਾਂਜੀ ਬਈ, ਮੈਂ ਨਾ ਇੱਕ ਨਵੀਂ ਵਣਗੀ ਸ਼ੁਰੂ ਕੀਤੀ ਹੈ। ਮੈਂ ਸੋਚਿਆ ਕਿ ਸਾਡੇ ਵਿਦਿਆਰਥੀ ਟ੍ਰੇਨਿੰਗ ਲਈ ਜਾਂਦੇ ਨੇ, ਫੀਲਡ ਵਿੱਚ ਜਾਂਦੇ ਨੇ, ਤੇ ਤਾਂ ਹੀ ਮੁਹਾਰਤ ਉਹਨਾਂ ਨੂੰ ਹਾਸਿਲ ਹੁੰਦੀ ਹੈ। ਸਾਨੂੰ ਵੀ ਇਸੇ ਤਰ੍ਹਾਂ ਹੀ ਨਵੀਆਂ ਨਵੀਆਂ ਚੀਜ਼ਾਂ ਦਾ ਪਤਾ ਲੱਗਦਾ ਹੈ, ਸਾਡੀ ਵੀ ਲਰਨਿੰਗ ਹੁੰਦੀ ਰਹਿੰਦੀ ਹੈ। ਬੱਚੇ ਸਾਡੇ ਤੋਂ ਸਿੱਖਦੇ ਆ, ਅਸੀਂ ਬੱਚਿਆਂ ਤੋਂ ਸਿੱਖਦੇ ਹਾਂ। ਇਹੀ ਇੱਕ ਖਾਸੀਅਤ ਆ ਪੱਤਰਕਾਰਤਾ ਜਨ ਸੰਚਾਰ ਦੀ, ਤੇ ਸਿੱਖਦੇ ਵੀ ਰਹਿਣਾ ਚਾਹੀਦਾ। ਤੇ ਜਿਹੜੀ ਨਵੀਂ ਵਣਗੀ ਅਸੀਂ ਸ਼ੁਰੂ ਕੀਤੀ ਹੈ, ਉਹ ਅੱਜ ਦੀ ਗੱਲ ਦੇ ਤਹਿਤ ਅਸੀਂ ਸ਼ੁਰੂ ਕੀਤੀ ਹੈ। ਤੇ ਉਸ ਦੇ ਵਿੱਚ ਜਿਹੜੀ ਚੀਜ਼ ਮੈਨੂੰ ਆਪਣੀ ਬਹੁਤ ਦਿਲੋਂ ਨੇੜਿਓਂ ਲੱਗੀ ਹੈ, ਉਹ ਇਹ ਹੈ ਜੋ ਮੈਂ ਸੋਚਿਆ ਕਿ ਕਿਉਂ ਨਾ ਇੱਕ ਬਿਲਕੁਲ ਫਰੈਸ਼ ਨਵਾਂ ਵਿਦਿਆਰਥੀ ਉਸਦੇ ਨਾਲ, ਉਹੀ ਮੇਰੇ ਨਾਲ ਗੱਲਬਾਤ ਕਰੇ, ਤੇ ਸ਼ਾਇਦ ਅਸੀਂ ਇੱਕ ਨਵਾਂ ਐਂਕਰ ਤਿਆਰ ਕਰ ਲਈਏ। ਹੋ ਸਕਦਾ ਹੈ ਕਿ ਤੁਸੀਂ ਇੱਕ ਐਂਕਰ ਦੇਖੋ, ਹੋ ਸਕਦਾ ਹੈ ਕਿ ਤੁਸੀਂ ਦੋ ਐਂਕਰ ਦੇਖੋ, ਹੋ ਸਕਦਾ ਹੈ ਕਿ ਕਿਸੇ ਦਿਨ ਤੁਹਾਨੂੰ ਚਾਰ ਪੰਜ ਜਣੇ ਬੈਠੇ ਗੱਲਾਂ ਬਾਤਾਂ ਕਰਦੇ ਨਜ਼ਰ ਆਉਣ। ਗੱਲਾਂ ਬਾਤਾਂ ਬਹੁਤ ਇਨਫੋਰਮੇਟਿਵ ਹੋਣਗੀਆਂ, ਤੁਹਾਡੇ ਨਾਲ ਹੀ ਜੁੜੀਆਂ ਹੋਣਗੀਆਂ ਜਾਂ ਤੁਹਾਡੇ ਪਰਿਵਾਰ ਨਾਲ ਜੁੜੀਆਂ ਹੋਣਗੀਆਂ। ਬਸ ਤੁਸੀਂ ਵੇਖਣਾ, ਸਾਡੀ ਹੌਸਲਾ ਅਫਜ਼ਾਈ ਕਰਨੀ ਹੈ, ਤੁਸੀਂ ਵੀ ਨਾਲ ਨਾਲ ਸਾਨੂੰ ਸਿਖਾਉਣਾ ਹੈ, ਤੁਸੀਂ ਆਪਣੇ ਸੁਝਾਅ ਦੇਣੇ ਆ ਕਮੈਂਟਸ ਦੇ ਵਿੱਚ। ਹੋ ਸਕਦਾ ਤੁਸੀਂ ਸਬਜੈਕਟ ਬਾਰੇ ਕੁਝ ਪੜ੍ਹਨਾ ਚਾਹੁੰਦੇ ਹੋ, ਜਰਨਲਿਜ਼ਮ, ਮਾਸ ਕਮਿਊਨੀਕੇਸ਼ਨ ਬਾਰੇ ਕੁਝ ਜਾਣਨਾ ਚਾਹੁੰਦੇ ਹੋ, ਤੁਸੀਂ ਉਹ ਲਿਖੋ, ਤੁਸੀਂ ਸਾਨੂੰ ਕਮੈਂਟ ਕਰ ਦਿਓ, ਅਸੀਂ ਉਸ 'ਤੇ ਗੱਲਬਾਤ ਕਰ ਸਕਦੇ ਹਾਂ, ਅਸੀਂ ਉਹ ਲੈਸਨ ਤਿਆਰ ਕਰ ਸਕਦੇ ਹਾਂ। ਬਸ ਜੁੜੇ ਰਹੋ ਮੀਡੀਆ ਇਨਫੋ ਡਾਕਟਰ ਸਿਮਰਨ ਸਿੱਧੂ ਯੂਟਿਊਬ ਚੈਨਲ ਦੇ ਨਾਲ। ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ। ਧੰਨਵਾਦ।